ਦੋਸਤੋ ਜਦੋਂ ਅਸੀਂ ਇਸ ਵਿਸ਼ਾਲ ਰੁੱਖ ਦੀ ਚਰਚਾ ਕਰਦੇ ਹਾਂ, ਗੱਲਬਾਤ ਕਰਦੇ ਹਾਂ ਤਾਂ ਅਕਸਰ ਹੀ ਬੜੇ ਸੱਜਣਾਂ ਦੇ ਦਿਮਾਗ 'ਚ ਇਹ ਸਵਾਲ ਆਉਂਦਾ ਹੁੰਦਾ ਕਿ ਬੂਟ ਦੇ ਵਿਸ਼ਾਲ ਰੁੱਖ ਬੜੇ, ਇਹਨਾਂ ਦੀ ਉਮਰ ਬਹੁਤ ਲੰਬੀ ਹੁੰਦੀ ਆ, ਤਾਂ ਇਹਦਾ ਜਿਹੜਾ ਹੈਗਾ ਕਿਹੜੇ ਪੰਜਾਬ 'ਚ, ਇੰਡੀਆ 'ਚ ਜਾਂ ਕਿਹੜੇ ਵੀ ਹੋਰ ਸਥਾਨਾਂ 'ਤੇ ਪੁਰਾਣੇ ਰੁੱਖ ਕਿੱਥੇ ਖੜ੍ਹੇ ਹੋਏ ਨੇ, ਤਾਂ ਉਹ ਜਦੋਂ ਅਸੀਂ ਉਹ ਪੁਰਾਣੇ ਵਿਰਾਸਤੀ ਰੁੱਖਾਂ ਦੀ ਜਿਹੜੇ ਸਦੀਆਂ ਤੋਂ ਸਾਡੇ ਇਸ ਧਰਤੀ 'ਤੇ ਲੱਗੇ ਹੋਏ ਆ ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਇੱਕ ਰੁੱਖ ਜਿਹੜਾ ਹੈਗਾ ਕੈਲਕਟਾ ਦੇ ਵਿੱਚ ਬੋਟੈਨੀਕਲ ਗਾਰਡਨ ਜਿਹੜਾ ਹੈਗਾ ਉਹਦਾ ਜ਼ਿਕਰ ਅਕਸਰ ਹੀ ਆਉਂਦਾ, ਜਿਹਦੀ ਕਿ ਉਮਰ ਕਾਫੀ ਜਿਹੜੀ ਹੈਗੀ ਆ 200-250 ਸਾਲ ਪੁਰਾਣਾ ਮੰਨਿਆ ਜਾਂਦਾ, ਅਤੇ ਉਹ ਤਕਰੀਬਨ 1.5-2 ਹੈਕਟੇਅਰ ਦੇ ਵਿੱਚ ਫੈਲਿਆ ਹੋਇਆ। ਜਦੋਂ ਅਸੀਂ ਇੰਡੀਆ ਦੇ ਵਿੱਚ ਸਭ ਤੋਂ ਪੁਰਾਣੇ ਰੁੱਖ ਦੀ ਗੱਲ ਕਰਦੇ ਹਾਂ, ਬੋਹੜ ਦੀ ਜਿਹੜਾ ਕਿ ਖਾਸਾ ਪੁਰਾਣਾ ਰੁੱਖ ਹੈ, ਤਕਰੀਬਨ ਜਿਸ ਦੀ ਉਮਰ 700 ਸਾਲ ਤੋਂ ਵੀ ਵੱਧ ਮੰਨੀ ਜਾਂਦੀ ਆ, ਤਾਂ ਉਹ ਇੱਕ ਆਂਧਰਾ ਪ੍ਰਦੇਸ਼ ਦਾ ਜਿਹੜਾ ਹੈਗਾ ਜਿਹੜਾ ਜ਼ਿਲ੍ਹਾ ਅਨੰਤਪੁਰ ਹੈ, ਅਨੰਤਪੁਰ ਦੇ ਵਿੱਚ ਇੱਕ ਪਿੰਡ ਹੈਗਾ ਗੋਟੇ ਬਿਆਲੋ, ਉਹਦੇ ਵਿੱਚ ਸਥਿਤ ਹੈ, ਅਤੇ ਜਿਹੜਾ ਤਕਰੀਬਨ 2 ਹੈਕਟੇਅਰ ਦੇ ਵਿੱਚ ਉਹ ਰੁੱਖ ਫੈਲਿਆ ਹੋਇਆ ਹੈਗਾ। ਤੀਸਰੇ ਨੰਬਰ 'ਤੇ ਜਦੋਂ ਅਸੀਂ ਬੋਹੜ ਦੀ ਬਰੋਟੇ ਦੀ ਉਦਾਹਰਣ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਜੇ ਕਿਸੇ ਨੇ ਬਰੋਟੇ ਦਾ ਰੁੱਖ ਪੁਰਾਣਾ ਵਿਸ਼ਾਲ ਰੁੱਖ ਦੇਖਣਾ ਹੋਵੇ ਤਾਂ ਉਹ ਕਿੱਥੇ ਉਹ ਰੁੱਖ ਦੇਖ ਸਕਦਾ, ਤਾਂ ਦੋਸਤੋ ਉਹ ਵਾਲਾ ਜਿਹੜਾ ਰੁੱਖ ਹੈਗਾ ਤਕਰੀਬਨ ਜਿਹੜਾ 3-4 ਏਕੜ ਦੇ ਵਿੱਚ ਫੈਲਿਆ ਹੋਇਆ, ਫਤਿਹਗੜ੍ਹ ਸਾਹਿਬ ਦੇ ਜਿਹੜਾ ਕੋਲ ਹੈ ਉਹ ਪਿੰਡ ਚੋਟਲੀ ਕਲਾਂ ਜਿਹੜਾ ਹੈਗਾ ਪਿੰਡ ਹੈ, ਖੰਨੇ ਤੋਂ ਰਾਜਪੁਰੇ ਵੱਲ ਜਾਂਦੇ ਹਾਂ ਤਾਂ ਰਸਤੇ 'ਚੋਂ ਇੱਕ ਰੋਡ ਮੁੜਦੀ ਆ, ਜੇ ਕਿਸੇ ਨੇ ਦੇਖਣਾ ਹੋਵੇ ਤਾਂ ਚੋਟਲੀ ਕਲਾਂ ਪਿੰਡ ਹੈਗਾ, ਉਹ ਤਾਂ ਅੱਜ ਕੱਲ੍ਹ ਤਾਂ ਗੂਗਲ ਮੈਪ 'ਤੇ ਜਾ ਕੇ ਤੁਸੀਂ ਬੜੇ ਆਰਾਮ ਨਾਲ ਪਹੁੰਚ ਸਕਦੇ ਹੋ, ਉਹ 3-4 ਏਕੜ ਦੇ ਵਿੱਚ ਫੈਲਿਆ ਹੋਇਆ ਜਿਹੜਾ ਪੰਜਾਬ ਦੇ ਵਿੱਚ ਰੁੱਖ ਹੈ। ਕਈ ਰੁੱਖ ਬਹੁਤ ਪੁਰਾਣੇ ਨੇ ਜਿਹੜੇ ਪਿੰਡਾਂ ਦੇ ਵਿੱਚ ਕਿਤੇ ਕਿਤੇ ਸਾਡੇ ਕਿਤਾਬਾਂ 'ਚ ਉਹਨਾਂ ਦਾ ਉਹ ਮੈਨਸ਼ਨ ਨਹੀਂ ਹੈਗੇ, ਬਟ ਉਹ 200-300 ਸਾਲ ਪੁਰਾਣੇ ਰੁੱਖ ਹਜੇ ਵੀ ਬੜੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਉੱਥੇ ਵੇਖਣ ਨੂੰ ਮਿਲਦੇ ਆ, ਉਹ ਤੁਹਾਨੂੰ ਆਪਣੇ ਆਪ ਹੀ ਦੱਸਦਾ ਇਹਦੀਆਂ ਹਵਾਈ ਜੜ੍ਹਾਂ ਇੰਨੀਆਂ ਫੈਲੀਆਂ ਹੋਈਆਂ, ਆਕਾਰ ਵਿਸ਼ਾਲ ਹੋ ਜਾਂਦਾ, ਪਤਾ ਲੱਗ ਜਾਂਦਾ ਕਿ ਵੀ ਹਾਂ ਇਹ 100 ਸਾਲ ਪੁਰਾਣਾ ਰੁੱਖ ਹੈ, 200 ਸਾਲ ਪੁਰਾਣਾ ਰੁੱਖ ਹੈ। ਸੋ ਇਹਦੀ ਉਮਰ ਹੈਗੀ ਆ ਆਮ ਰੁੱਖਾਂ ਨਾਲੋਂ ਕਾਫੀ ਲੰਬੀ ਗਿਣੀ ਜਾਂਦੀ ਹੈ, ਤਾਂ ਉਹਦੇ ਪਿੱਛੇ ਇੱਕ ਮੇਜਰ ਰੀਜ਼ਨ ਜਦੋਂ ਹੁੰਦਾ ਉਹ ਇਹ ਹੈ ਕਿ ਇਹਦੀਆਂ ਜਿਹੜੀਆਂ ਹਵਾਈ ਜੜ੍ਹਾਂ ਨੇ ਜਿਹਦੀ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਜਦੋਂ ਅਸੀਂ ਇਹਦੇ ਵੈਦਿਕ ਗੁਰਾਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਜਿਹੜੇ ਪੱਤੇ, ਇਹਦਾ ਇਹਦੇ ਵਿੱਚੋਂ ਜਿਹੜਾ ਮਿਲਕੀ ਸਕ੍ਰੀਸ਼ਨ ਦੁਧੀਆ ਤਰਲ ਨਿਕਲਦਾ,